ਸਾਰਾ ਗੜੀ ਤੋਂ ਲੈ ਕੇ ਤੇ ਵੀਰਸਾ ਵਰਕਰ ਤੱਕ ਰਣਦੀਪ ਖੁੱਡਾ ਦੇ ਨਾਲ ਯਾਰੀ ਯਾਰੀ ਨਹੀਂ ਭਾਈਚਾਰਾ ਮੈਂ ਉਹਨਾਂ ਨੂੰ ਉਸਤਾਦ ਸਮਝਦਾ ਉਹਨਾਂ ਤੋਂ ਮੈਂ ਹਮੇਸ਼ਾ ਸਿੱਖਿਆ ਅੱਗੇ ਹੋਰ ਵੀ ਸਿੱਖਦੇ ਰਹਿਣਾ ਭਾਈ ਇੱਕ ਚੀਜ਼ ਤੁਹਾਨੂੰ ਦੇਖ ਕੇ ਬੜਾ ਮਾਣਜਾ ਲੱਗ ਰਿਹਾ ਤੁਹਾਡਾ ਸਰੂਪ ਹੈ ਜਿਹੜਾ ਦਾੜਾ ਕਹਿ ਲਓ ਤੁਹਾਡਾ ਦਸਤਾਰ ਕਹਿ ਲਓ ਇਹ ਮਾਣਜਾ ਲੱਗ ਰਿਹਾ ਹੈ ਨਾ ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਤੁਸੀਂ ਦਾੜਾ ਕਟਾਲੋ ਫਿਰ ਕੋਈ ਕਿਰਦਾਰ ਦੇਖਾਂਗੇ ਹੋਇਆ ਫਿਰ ਹੋਇਆ ਮੈਨੂੰ ਕਿਹਾ ਜਾਂਦਾ ਸੀ ਤੁਹਾਨੂੰ ਦਾੜੀ ਟ੍ਰਿਮ ਕਰਾਣੀ ਪੈਗੀ ਦਾੜਾ ਟ੍ਰਿਮ ਕਰਾਣਾ ਪੈਗਾ ਇਹ ਪੱਗ ਨਹੀਂ ਚੱਲਨੀ ਮੰਨਿਆ ਮੈਂ ਉਦੋਂ ਵੀ ਨਹੀਂ ਸੀ ਮੰਨਦਾ ਮੈਂ ਅੱਜ ਵੀ ਕਹਿੰਦੇ ਨੇ ਇੰਗਲਿਸ਼ ਚ ਗੁੱਡ ਥਿੰਗਸ ਟੇਕਸ ਟਾਈਮ ਤੇ ਦੂਸਰਾ ਮਹਾਰਾਜ ਤੇ ਅਥਾਪਰੋਸਾ ਹੋਣਾ ਚਾਹੀਦਾ ਜਿੰਨੇ ਕੋ ਮੇਰੇ ਸਵਾਸ ਲਿਖੇ ਹੋਣਗੇ ਜਿੰਨੀ ਕੋ ਮੇਰੀ ਕਿਰਤ ਲਿਖੀ ਹੋਗੀ ਮੈਂ ਉਨੀ ਹੀ ਜ਼ਿੰਦਗੀ ਕੱਟ ਕੇ ਜਾਣੀ ਹੈ ਥੋੜਾ ਕਰ ਜਾਵਾਂਗੇ ਪਰ ਚੰਗਾ ਕਰਕੇ ਜਾਵਾਂਗੇ ਬਈ ਵੱਲੇ ਵੱਲੇ ਕਰਾਈਏ ਇਹ ਦੇਖੋ ਇਹ ਤਾਂ ਕਿਰਤ ਹੈ ਕਿਰਤ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਮਰਜੀ ਮੈਨੂੰ ਲੱਗਦਾ ਨੀਤਾ ਨਾਲ ਮੁਰਾਦਾ ਹੁੰਦੀਆਂ ਨੇ ਬੰਦੇ ਦੇ ਸੁਪਨੇ ਤਾਂ ਬੰਦੇ ਨੇ ਬਹੁਤ ਦੇਖੇ ਹੁੰਦੇ ਆ ਸੋਚਿਆ ਨਹੀਂ ਹੁੰਦਾ ਕਿ ਵੀ ਕਦੋਂ ਛੇਤੀ ਪੂਰੇ ਹੋ ਜਾਣਗੇ ਜੀਤ ਬਹੁਤ ਪ੍ਰੇਮ ਕਰਦੇ ਨੇ ਜੋ ਇੱਕ ਐਕਚੁਅਲੀ ਸਿੱਖੀ ਨੂੰ ਲੈ ਕੇ ਤੁਰੇ ਹੁੰਦੇ ਨੇ ਉਹਨਾਂ ਦੀ ਟੀਮ ਦੇ ਵਿੱਚ ਵੀ ਅਸੀਂ ਦੇਖਦੇ ਆ ਕੰਗਵੀਰੇ ਹੋਣੀ ਸਾਰੇ ਐਸ ਐਸ ਰੂਪਾਂ ਦੇ इवन ਫਿਰ ਵੀ ਉਹ ਇਸ ਵੱਡੇ ਲੈਵਲ ਤੇ ਪਹੁੰਚ ਕੇ ਵੀ ਉਹ ਸਪੋਰਟਿੰਗ ਐਕਟਰਸ ਨੂੰ ਸਪੋਰਟ ਕਰਦੇ ਨੇ ਗੁਰਦੁਆਰੇ ਦੇ ਸੀਨ ਦੇ ਵਿੱਚ ਜਦੋਂ ਮੇਰਾ ਪਹਿਲਾ ਡਾਇਲੋਗ ਸੀਗਾ ਪਹਿਲਾ ਡਾਇਲੋਗ ਐਕਸਚੇਂਜ ਹੁੰਦਾ ਦਲਜੀਤ ਭਾਜੀ ਦੇ ਨਾਲ ਮੇਰਾ ਸੀਨ ਤੋਂ ਬਾਅਦ ਮੈਂ ਕਿਹਾ ਮੈਂ ਕਿਹਾ ਭਾਜੀ ਠੀਕ ਕੀਤਾ ਕਹਿੰਦੇ ਭਾਜੀ ਬਹੁਤ ਵਧੀਆ ਕੀਤਾ ਬਹੁਤ ਵਧੀਆ ਤੇ ਉਹ ਜੋ ਪੋਜ਼ਿਟਿਵ ਪੁਸ਼ ਮਿਲਦਾ ਹੈ ਨਾ ਉਹ ਤੁਹਾਡਾ ਹੌਸਲਾ ਹੀ ਹੋਰ ਕਰ ਦਿੰਦਾ ਜੇ ਮੰਨ ਲਓ ਉਸ ਦਿਨ ਦਿਲਜੀਤ ਭਾਜੀ ਮੈਨੂੰ ਸਹੀ ਤਰ੍ਹਾਂ ਜਵਾਬ ਹੀ ਨਾ ਦੰਦੇ ਤਾਂ ਮੇਰਾ ਤਾਂ ਟੁੱਟ ਗਿਆ ਸੀ ਹੌਸਲਾ ਕਿਉਂਕਿ ਮੈਂ ਤਾਂ ਨਿਕਲਿਆ ਹੋਇਆ ਸੀ ਤੇ ਜਦੋਂ ਸਾਹਮਣੇ ਉਹਦੀ ਕੋਈ ਤੁਹਾਨੂੰ ਐਪਰੀਸ਼ੀਏਟ ਕਰਦਾ ਨਾ ਤੇ ਮੈਨੂੰ ਲੱਗਦਾ ਕਿ ਵੀ ਤੁਸੀਂ ਕੁਝ ਨਹੀਂ ਵੀ ਕਰ ਰਹੇ ਨਾ ਤੇ ਤੁਸੀਂ 100 ਦੀ ਸਪੀਡ ਤੇ ਦੌੜਨਾ ਚਾਹੀਦਾ ਦੌੜਨਾ ਸ਼ੁਰੂ ਕਰਦੇ ਹੋ ਭਾਏ ਉਹ ਜਿਹੜੀ ਥਰੂਆਊਟ ਜਰਨੀ ਸੀਗੀ ਕੁਝ ਕੁ ਦਿਨਾਂ ਦੀ ਹੈਨਾ ਵੀਰ ਸਵਰਕਰ ਵਾਲੀ ਹਰਨਾਮ ਸਿੰਘ ਤੇ ਸਵਰਕਰ ਵੀਰ ਸਵਰਕਰ ਇਹ ਦੋਨੋਂ ਲੰਡਨ ਪੜਨ ਜਾਂਦੇ ਆ 4 ਸਾਲ ਸਮੁੰਦਰੀ ਸਫਰ ਕਰਕੇ ਜਾਂਦੇ ਆ ਇੰਡੀਆ ਤੋਂ ਇੱਕ ਪਿੰਡ ਦਾ ਆਮ ਜਿਹਾ ਬੰਦਾ ਜਿਹੜਾ ਉੱਠ ਕੇ ਲੰਡਨ ਸਕਾਲਰਸ਼ਿਪ ਤੇ ਪੜਨ ਜਾਂਦਾ ਹੈ ਸਿਲੈਕਸ਼ਨ ਦੀ ਸਕਾਲਰਸ਼ਿਪ ਹੈਨਾ ਤੇ ਬਾਹਰ ਲਾਅ ਪੜਨ ਜਾਂਦਾ ਉਨੂੰ ਹਿਮੀਲੇਟ ਕੀਤਾ ਜਾਂਦਾ ਰਸਤੇ ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਕਿ ਵੀ ਇੱਕ ਸੀਨ ਹੈ ਡੌਗਸ ਇਨ ਇੰਡੀਆਰ ਆਰ ਨਾਟ ਅਲਾਉਡ ਤੇ ਉੱਥੇ ਮੈਂ ਬਾਹਰ ਦੇਖ ਕੇ ਰੈਸਟੋਰੈਂਟ ਦੇ ਵਿੱਚ ਮੈਂ ਦੇਖ ਰਿਹਾ ਹਾਂ ਉਹਨਾਂ ਤੇ ਮੈਨੂੰ ਤੱਕਾ ਮਾਰਦੇ ਕਿ ਵੀ ਯੂ ਆਰ ਨਾਟ ਇਨਵਾਈਟਿਡ ਹੇਅਰ ਫਿਲਮ ਲੂਕ ਅੰਡੇ ਖੜੇ ਕਰਦੇ ਜਿਹੜੀ ਗੱਲਾਂ ਆਪਾਂ ਆਪਣੇ ਇਤਿਹਾਸ ਦੇ ਪੰਨੇ ਫਰੋਲ ਸੁਣਦੇ ਆਇਆਂ ਤੁਹਾਨੂੰ ਉਹ ਕਿਰਦਾਰ ਨਿਭਾਉਂਦੇ ਬਕਾਇਦੇ ਮੌਕੇ ਮਿਲਦੇ ਆ ਫਿਲਮਾਂ ਦੇ ਜ਼ਰੀਏ ਮਿਹਨਤੀ ਹੋਵੇ ਬੰਦਾ ਨੀਅਤ ਸਾਫ਼ ਹੋਵੇ ਮਾਰਾ ਜ ਰਸਤਾ ਤਾਂ ਫਿਰ ਖੁਦ ਬਣਾਉਂਦੇ ਨੇ ਕਹਿੰਦੇ ਨਾ ਕਿ ਤੁਰਦਾ ਚੱਲ ਬੰਦਿਆ ਮੰਜ਼ਿਲ ਉਡੀਕਦੀ ਜੀ ਵੀ ਮਾਰੇ ਤਾਂ ਪਾਣਾ ਮੰਨਿਆ ਕਿ ਵੀ ਚੱਲ ਕੋਈ ਨਹੀਂ ਪੰਜਾਬ 1984 ਤੋਂ ਬਾਅਦ ਜੋ ਦਿੱਲੀ ਦੇ ਵਿੱਚ ਸਿੱਖਾ ਦੇ ਨਾਲ ਹੋਇਆ ਜੋ ਹਿਮਨਿਟੀ ਦੇ ਨਾਲ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਪਰਿਵਾਰ ਹੈ ਜੋ ਤਿੰਨ ਦਿਨ ਦਾ ਕਿਵੇਂ ਆਪਣੇ ਆਪ ਨੂੰ ਬਚਾਉਂਦੀ ਹੈ ਸਰਵਾਈਵ ਕਰਦੀ ਹੈ ਪਤਾ ਸਾਰਿਆਂ ਨੂੰ ਸੀ ਨਵੰਬਰ 1984 ਦਿੱਲੀ ਚ ਕੀ ਹੋਇਆ ਸੀ ਤੁਸੀਂ ਜਦੋਂ ਇਹੋ ਜੇ ਕੈਰੇਕਟਰਸ ਕਰਦੇ ਹੋ ਤੁਸੀਂ ਕਹਿੰਦੇ ਮੈਂ ਵਿਕਟਿਮਸ ਨੂੰ ਵੀ ਮਿਲਿਆ ਸੋ ਕਿਸੇ ਦੀ ਜ਼ੁਬਾਨੀ ਸੁਣਨਾ ਕਿ ਹੈਨਾ ਕੰਬਦੇ ਬੁੱਲਾਂ ਨਾਲ ਜਾਂ ਭਰੀਆਂ ਅੱਖਾਂ ਨਾਲ ਕਿ ਇਹ ਚੀਜ਼ਾਂ ਸੀ ਕਿੰਨਾ ਕੁ ਮੈਂਟਲ ਇਫੈਕਟ ਔਰ ਮੈਂਟਲ ਪੀਸ ਨੂੰ ਦੁਬਾਰਾ ਕਨਵਰਟ ਕਰਨ ਦੇ ਵਿੱਚ ਇੱਕ ਐਕਸਰਸਾਈਜ਼ ਚੱਲਦੀ ਹੈ ਸਾਡੇ ਨਾਲ ਹੀ ਤਾਂ ਵਾਪਰਿਆ ਸੀ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਜਾ ਕੇ ਮੈਂ ਹਰ ਉਹ ਮਮਕਨ ਕਿਤਾਬ ਪੜੀ ਕੁਝ ਕੁਝ ਕਹਾਣੀਆਂ ਐਸੀਆਂ ਮੇਰੇ ਅੰਦਰ ਤੱਕ ਕਰ ਗਈਆਂ ਮੈਨੂੰ ਨਹੀਂ ਲੱਗਦਾ ਕਿ ਵੀ ਮੈਨੂੰ ਸਕ੍ਰਿਪਟ ਫੜਨ ਦੀ ਵੀ ਲੋੜ ਪੈਂਦੀ ਸੀ ਜਦੋਂ ਵੀ ਇਤਿਹਾਸ ਫਰੋਲਿਆ ਜਾਂਦਾ ਤੇ ਸਿੱਖਾਂ ਦੀ ਬਹਾਦਰੀ ਦੇ ਕિસ્ਸੇ ਹਮੇਸ਼ਾ ਹੀ ਅਣਗਿਣਤ ਹੁੰਦੇ ਨੇ ਹਮੇਸ਼ਾ ਹੀ ਪਤਾ ਲੱਗਦਾ ਹੈ ਕਿ ਕਿਸੇ ਵੀ ਕੌਮ ਦੀ ਲੜਾਈ ਹੋਵੇ ਲੇਕਿਨ ਸਿੱਖਾਂ ਦੀ ਜੋ ਕੁਰਬਾਨੀਆਂ ਨੇ ਜੋ ਸ਼ਹਾਦਤਾਂ ਨੇ ਜੋ ਬਹਾਦਰੀ ਹੈ ਉਹ ਹਮੇਸ਼ਾ ਹਰ ਕੌਮ ਦੇ ਨਾਲ ਅੱਗੇ ਹੋ ਕੇ ਤੁਰੀ ਹੈ ਔਰ ਠੀਕ ਉਸੇ ਤਰ੍ਹਾਂ ਫਿਲਮ ਆਈ ਹੈ ਵੀਰ ਸਾਵਰਕਰ ਹਾਂ ਉਹ ਫਿਲਮ ਜਿਹੜੀ ਹੈਗੀ ਹੈ ਉਹ ਫਿਲਮ ਹੈਗੀ ਹੈ ਇੱਕ ਸੁਤੰਤਰਤਾ ਲੈ ਕੇ ਆਉਣ ਵਾਲੇ ਅਖੰਡ ਭਾਰਤ ਦਾ ਜਿਹੜਾ ਇੱਕ ਮੋਟਿਵ ਲੈ ਕੇ ਚੱਲਣ ਵਾਲੇ ਸਾਡੇ ਕ੍ਰਾਂਤੀਕਾਰੀ ਵੀਰ ਸਾਵਰਕਰ ਦੀ ਹੈ ਲੇਕਿਨ ਉਹਨਾਂ ਦੀ ਜੋ ਇੱਕ ਜਰਨੀ ਸੀ ਉਸ ਦੇ ਪਿੱਛੇ ਵੀ ਸਿੱਖਾਂ ਦਾ ਇੱਕ ਬਹੁਤ ਅੱਛਾ ਯੋਗਦਾਨ ਰਿਹਾ ਹੈ ਔਰ ਉਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਆ ਫਿਲਮ ਦੇ ਵਿੱਚ ਇੱਕ ਬਹੁਤ ਹੀ ਅਹਿਮ ਯੋਗਦਾਨ ਨਿਭਾ ਰਹੇ ਅਪਿੰਦਰ ਦੀਪ ਸਿੰਘ ਜੀ ਸੋ ਸਸ਼ਕਾਇ ਸਸ਼ਕਾਇ ਅ ਮੁਬਾਰਕ ਪਹਿਲੇ ਤਾਂ ਮੁਬਾਰਕ ਤੇ ਦੂਸਰਾ ਸਵਾਗਤ ਤੇ ਤੀਸਰਾ ਵੇ ਬੱਲੇ ਬੱਲੇ ਕਰਾਈਏ ਤੁਸੀਂ ਇਹ ਦੇਖੋ ਇਹ ਤਾਂ ਕਿਰਤ ਕਿਰਤ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਮਰਜੀ ਕਿ ਜਿੱਥੇ ਬੰਦੇ ਦਾ ਦਾਲ ਫੁਲਕਾ ਲਿਖਿਆ ਹੋਵੇ ਰੋਟੀ ਪਾਣੀ ਲਿਖਿਆ ਹੋਵੇ ਬੰਦਾ ਪਹੁੰਚ ਜਾਂਦਾ ਜੀ ਬਾਕੀ ਬੰਦੇ ਦੇ ਸੁਪਨੇ ਤਾਂ ਬੰਦੇ ਨੇ ਬਹੁਤ ਦੇਖੇ ਹੁੰਦੇ ਆ ਤੇ ਸੋਚਿਆ ਨਹੀਂ ਹੁੰਦਾ ਕਿ ਵੀ ਕਦੋਂ ਛੇਤੀ ਪੂਰੇ ਹੋ ਜਾਣੇ ਬਸ ਜੀ ਇਨ ਜਰਨੀ ਇੰਜੋਏ ਕਰ ਰਹੇ ਮੈਨੂੰ ਲੱਗਦਾ ਨੀਤਾ ਨਾਲ ਮੁਰਾਦਾਂ ਹੁੰਦੀਆਂ ਨੇ ਹਾਂਜੀ ਹਾਂਜੀ ਸਹੀ ਸਹੀ ਕਿਹਾ ਤੁਸੀਂ ਰਾਈਟ ਕਿਉਂਕਿ ਤੁਸੀਂ ਸਾਰੇ ਪ੍ਰੋਜੈਕਟਸ ਦੀ ਮੈਂ ਹੁਣੇ ਹੀ ਗੱਲ ਕਰ ਲਾਂਗੀ 2-3 ਮਿੰਟ ਦੇ ਵਿੱਚ ਹੀ ਕਰ ਲੈਣੀ ਹੈ ਮੈਂ ਮਤਲਬ ਸੁਣ ਕੇ ਹੀ ਇੰਨਾ ਮੈਨੂੰ ਖੁਸ਼ੀ ਲੱਗੀ ਹੈ ਮੈਨੂੰ ਲੱਗਦਾ ਕਈ ਵਾਰ ਇਨਸਾਨ ਆਪਣੇ ਉਹ ਕੰਮ ਦੇ ਜਰਨੀ ਦੇ ਵਿੱਚ ਚੀਜ਼ਾਂ ਨੂੰ ਚੁਣਦਾ ਹੈ ਕਈ ਵਾਰ ਨਾ ਚੀਜ਼ਾਂ ਨੇ ਪਹਿਲੇ ਹੀ ਮਿੱਥਿਆ ਹੁੰਦਾ ਕਿ ਇਹ ਬੰਦੇ ਨੂੰ ਅਸੀਂ ਚੁਣਨਾ ਹੈ ਤੁਹਾਡੇ ਪ੍ਰੋਜੈਕਟਸ ਕੁਝ ਇਹੋ ਜਿਹੀ ਕਹਾਣੀ ਦਿਖਾ ਰਹੇ ਨੇ ਬਿਲਕੁਲ ਭਾਈ ਇੱਕ ਚੀਜ਼ ਤੁਹਾਨੂੰ ਦੇਖ ਕੇ ਬੜਾ ਮਾਣਜਾ ਲੱਗ ਰਿਹਾ ਤੁਹਾਡਾ ਸਰੂਪ ਹੈ ਜਿਹੜਾ ਦਾੜਾ ਕਹਿ ਲਓ ਤੁਹਾਡਾ ਦਸਤਾਰ ਕਹਿ ਲਓ ਇਹ ਮਾਣਜਾ ਲੱਗ ਰਿਹਾ ਹੈ ਨਾ ਔਰ ਇਹ ਮਾਣ ਵੱਡੇ ਪਰਦਿਆਂ ਤੇ ਪਹਿਲੀ ਵਾਰੀ ਨਹੀਂ ਆ ਰਿਹਾ ਪਰ ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਤੁਸੀਂ ਦਾੜਾ ਕਟਾ ਲਓ ਫਿਰ ਕੋਈ ਕਿਰਦਾਰ ਦੇਖਾਂਗੇ ਹੋਇਆ ਮਿੰਦੋਸਿਆ ਮੜਾ ਜਾਪਾ ਫਿਰ ਨਹੀਂ ਕਰਾਉਂਦੇ ਵਜਾ ਕੀ ਹੈ ਔਰ ਮੈਨੂੰ ਇਹ ਲੱਗਦਾ ਜੇ ਨਹੀਂ ਕਰਾਇਆ ਤਾਂ ਦੇਖੋ ਕਿੰਨੇ ਵੱਡੇ ਪ੍ਰੋਜੈਕਟਸ ਦੇ ਹਿੱਸੇ ਹੋ ਤੁਸੀਂ ਦੇਖੋ ਸ਼ੁਰੂ-ਸ਼ੁਰੂ ਦੇ ਵਿੱਚ ਨਾ ਮੈਨੂੰ ਕਿਹਾ ਜਾਂਦਾ ਸੀ ਕਿ ਵੀ ਤੁਹਾਨੂੰ ਦਾੜੀ ਟ੍ਰਿਮ ਕਰਾਣੀ ਪੈਗੀ ਦਾੜਾ ਟ੍ਰਿਮ ਕਰਾਣਾ ਪੈਗਾ ਇਹ ਪੱਗ ਨਹੀਂ ਚੱਲਨੀ ਵੀ ਤੁਹਾਨੂੰ ਅਗਰ ਤੁਸੀਂ ਆਪਣੇ ਆਪ ਨੂੰ ਇੱਕ ਐਕਟਰ ਦੇਖਦੇ ਹੋ ਤੇ ਤੁਹਾਨੂੰ ਢਲਣਾ ਪਏਗਾ ਆਪਣੇ ਆਪ ਨੂੰ ਢਲਣਾ ਪਏਗਾ ਮੰਨਿਆ ਮੈਂ ਉਹਦੋਂ ਵੀ ਨਹੀਂ ਸੀ ਆਜ ਮੰਨਦਾ ਮੈਂ ਅਜ ਵੀ ਨਹੀਂ ਕਿਉਂਕਿ ਕਹਿੰਦੇ ਨੇ ਇੰਗਲਿਸ਼ ਚ ਗੁੱਡ ਥਿੰਗਸ ਟੇਕਸ ਟਾਈਮ ਰਾਈਟ ਹੈਨਾ ਤੇ ਦੂਸਰਾ ਮਹਾਰਜ ਤੇ ਅਥਾਪ ਰੋਸਾ ਹੋਣਾ ਚਾਹੀਦਾ ਕਿ ਵੀ ਜਿੱਥੇ ਮੇਰੇ ਵਾਈਗਰੂ ਨੇ ਮੇਰਾ ਜਿੰਨੇ ਕੋ ਮੇਰੇ ਸਵਾਸ ਲਿਖੇ ਹੋਣਗੇ ਜਿੰਨੇ ਕੋ ਮੇਰੀ ਕਿਰਤ ਲਿਖੀ ਹੋਗੀ ਮੈਂ ਉਨੀ ਹੀ ਜ਼ਿੰਦਗੀ ਕੱਟ ਕੇ ਜਾਣੀ ਹੈ ਤੇ ਕਿਉਂ ਨਾ ਮੈਂ ਓਦਾਂ ਕਰਾਂ ਜੋ ਮੇਰੇ ਗੁਰੂ ਨੂੰ ਪਸੰਦ ਆ ਹਨਾ ਤੇ ਕੋਈ ਨਹੀਂ ਥੋੜਾ ਕਰ ਜਾਵਾਂਗੇ ਪਰ ਚੰਗਾ ਕਰਕੇ ਜਾਵਾਂਗੇ ਸੋ ਇਹ ਆ ਕਿ ਵੀ ਮੈਨੂੰ ਸ਼ੁਰੂਆਤ ਤੋਂ ਹੀ ਮੈਂ ਅਰਦਾਸ ਬੇਨਤੀ ਕਰਦਾ ਰਿਹਾ ਵੀ ਮੈਨੂੰ ਸ਼ੁਰੂ-ਸ਼ੁਰੂ ਵਿੱਚ ਮੈਨੂੰ ਘੱਟ ਮਿਲਿਆ ਕੰਮ ਪਰ ਹੁਣ ਉਹ ਮੈਂ ਕੰਮ ਕੰਮ ਨੂੰ ਮੈਂ ਮਨਾ ਕਰਦਾ ਰਿਹਾ ਤੇ ਇੱਕ ਚੰਗੇ ਕੰਮ ਨੂੰ ਮਿਲਦੇ ਰਹੇ ਤੇ ਮੈਨੂੰ ਉਹਦੀ ਬੜੀ ਖੁਸ਼ੀ ਆ ਜੀ ਬੜੇ ਸੋਹਣੇ-ਸੋਹਣੇ ਪ੍ਰੋਜੈਕਟ ਕੀਤੇ ਆ ਤੁਹਾਨੂੰ ਜਲਦੀ ਦੇਖਣ ਨੂੰ ਮਿਲਣਗੇ ਸਾਰਾ ਗੜੀ ਤੋਂ ਲੈ ਕੇ ਤੇ ਵੀਰਸਾ ਵਰਕਰ ਤੱਕ ਰਣਦੀਪ ਹੁੱਡਾ ਦੇ ਨਾਲ ਯਾਰੀ ਤੇ ਜਿਹੜਾ ਇਹ ਸਫਰ ਹੈ ਹੈਨਾ ਦੋਨੋਂ ਫਿਲਮਾਂ ਦੇ ਵਿੱਚ ਦਾ ਜਿਹੜਾ ਟਾਈਮ ਹੈ ਇਹਦੇ ਬਾਰੇ ਵੀ ਸਾਨੂੰ ਦੱਸੋ ਵੀਰੇ ਯਾਰੀ ਨਹੀਂ ਭਾਈਚਾਰਾ ਭਾਈਚਾਰਾ ਕਿਉਂਕਿ ਮੈਂ ਉਹਨਾਂ ਨੂੰ ਉਸਤਾਦ ਸਮਝਦਾ ਕਿਉਂਕਿ ਉਹਨਾਂ ਨੇ ਬੈਟਲ ਆਫ ਸਾਰਾਗੜੀ ਦੇ ਵਿੱਚ ਨਾ ਵੀ ਇੱਕ ਗੁਰੂ ਦੇ ਵਾਂਗ ਉਹਨਾਂ ਨੇ ਸਿਖਾਇਆ ਸਾਨੂੰ ਤੇ ਉਹਨਾਂ ਦੀ ਜਿਉ ਇੱਜ਼ਤ ਹੈ ਮਨ ਦੇ ਵਿੱਚ ਉਹ ਇੱਕ ਵਾਰ ਉਹ ਘਾੜ ਕਰ ਗਈ ਆ ਤੇ ਉਹ ਕਦੀ ਇੱਜ਼ਤ ਉਹ ਘਟ ਨਹੀਂ ਸਕਦੀ ਉਹਨਾਂ ਤੋਂ ਮੈਂ ਹਮੇਸ਼ਾ ਸਿੱਖਿਆ ਅੱਗੇ ਹੋਰ ਵੀ ਸਿੱਖਦੇ ਰਹਿਣਾ ਤੇ ਬੈਟਲ ਆਫ ਸਾਰਾਗੜੀ ਚੰਗਾ ਪ੍ਰੋਜੈਕਟ ਸੀ ਪਰ ਮਹਾਰਾਜ ਨੂੰ ਮਨਜ਼ੂਰੀ ਨਹੀਂ ਸੀ ਪਾਣੀ ਤੇ ਨਹੀਂ ਸੀ ਉਹ ਨਹੀਂ ਪੂਰਾ ਹੋ ਸਕਿਆ ਪਰ ਖੁਸ਼ੀ ਇਸਦੀ ਹੈ ਐਨੀ ਜ਼ਿਆਦਾ ਖੁਸ਼ੀ ਹੈ ਕਿ ਵੀ ਜੋ ਸੁਪਨਾ ਵੀ ਮੈਂ 2016 ਚ ਦੇਖਿਆ ਸੀ ਜੋ ਅਚਾਨਕ ਮੈਨੂੰ ਮਿਲ ਗਿਆ ਸੀ ਸ਼ਾਇਦ ਮੈਨੂੰ ਇਹ ਸਮਝ ਲੋ ਕਿ ਵੀ ਅਣਜਾਣ ਨਿਆਣੇ ਨੂੰ ਕੋਈ ਚੀਜ਼ ਮਿਲ ਜਾਂਦੀ ਹੈ ਤੇ ਉਹਨੂੰ ਸ਼ਾਇਦ ਉਹਦੀ ਵੈਲਿਊ ਤਾਂ ਨਹੀਂ ਪਤਾ ਹੁੰਦਾ ਵੈਲਿਊ ਉਦੋਂ ਪਤਾ ਚੱਲਦੀ ਹੈ ਜਦੋਂ ਚੀਜ਼ ਹੱਥੋਂ ਨਿਕਲ ਜਾਂਦੀ ਹੈ ਤੇ ਉਹ ਕੰਮ ਹੱਥੋਂ ਨਿਕਲ ਗਿਆ ਉਹ ਕੰਮ ਬਣ ਨਹੀਂ ਪਾਇਆ ਹਨਾ ਹੁਕਮ ਚ ਨਹੀਂ ਸੀ ਬਿਲਕੁਲ ਪਰ ਉਹ ਹੁਣ ਕਾਫੀ ਸਾਲਾਂ ਬਾਅਦ ਵੀਰ ਸਾ ਵਰਕਰ ਦੇ ਥਰੂ ਅ ਮੈਰੀ ਯੂਨਾਈਟ ਹੋਇਆ ਮੇਰਾ ਕੰਮ ਉਹਨਾਂ ਦੇ ਨਾਲ ਤੇ ਮੈਨੂੰ ਉਹਨਾਂ ਦੀ ਖੁਸ਼ੀ ਬਹੁਤ ਹੈ ਉਸਤਾਦ ਨਾਲ ਕੰਮ ਕਰਨ ਦਾ ਜੀ ਕੀ ਬਾਤ ਹੈ ਬਹੁਤ ਅੱਛੀ ਗੱਲ ਹੈ ਦਿਲ ਦੇ ਵਿੱਚ ਇੱਜ਼ਤ ਕਈ ਵਾਰ ਇਨਸਾਨ ਨੂੰ ਨਾ ਉਹੀ ਗੱਲ ਆ ਜਾਂਦੀ ਹੈ ਉੱਥੇ ਨੀਤਾ ਨਾਲ ਮੁਰਾਦਾ ਵਾਲੀ ਅਕਾਲਪੁਰ ਉਧਿਆਨ ਚ ਰੱਖਦਾ ਹੈ ਹਰ ਚੀਜ਼ ਭਾਈ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹਾਂਗੀ ਤੁਸੀਂ ਬੜੇ ਕਰਮਾ ਵਾਲੇ ਹੋ ਤੁਸੀਂ ਅੱਜ ਇਸ ਕਾਮ ਦੀ ਸੇਵਾ ਨੂੰ ਸਮਾਜਿਕ ਤੌਰ ਤੇ ਤੁਸੀਂ ਕਹਿ ਲੋ ਕਿ ਇੱਕ ਜ਼ਿੰਮੇਵਾਰੀ ਚੱਕੀ ਉਹ ਤੁਸੀਂ ਸਿਨੇਮਾ ਦੇ ਥਰੂ ਲੱਖਾਂ ਲੋਕਾਂ ਤੱਕ ਪਹੁੰਚੋਗੇ ਜਿਹੜੀ ਗੱਲਾਂ ਆਪਾਂ ਆਪਣੇ ਇਤਿਹਾਸ ਦੇ ਪੰਨੇ ਫਰੋਲ ਸੁਣਦੇ ਆਇਆ ਤੁਹਾਨੂੰ ਉਹ ਕਿਰਦਾਰ ਨਿਭਾਉਂਦੇ ਬਕਾਇਦੇ ਮੌਕੇ ਮਿਲਦੇ ਆ ਫਿਲਮਾਂ ਦੇ ਜ਼ਰੀਏ ਜੀ ਬਿਲਕੁਲ ਸਹੀ ਸਵਾਲ ਹੈ ਜੀ ਤੁਹਾਡਾ ਆ ਮਾਨ ਹੁੰਦਾ ਕਦੀ ਕਦੀ ਤਾਂ ਇਕੱਲਾ ਬੈਠ ਕੇ ਮੈਂ ਆਪਣੇ ਆਪ ਨਾਲ ਵੀ ਗੱਲ ਕਰਦਾ ਕਿ ਵੀ ਮੈਂ ਇੰਨੇ ਜੋਗਾ ਮੈਂ ਵੀ ਮੈਂ ਸਮਝਦਾ ਸੀ ਆਪਣੇ ਆਪ ਨੂੰ ਜਿੰਨਾ ਮੈਨੂੰ ਕੰਮ ਮਿਲ ਜਾਂਦਾ ਕਿਉਂਕਿ ਮੇਰੇ ਵਰਗੇ ਹੋਰ ਬਹੁਤ ਵੀਰ ਭਰਾ ਨੇ ਜੋ ਹਰ ਇੱਕ ਬੰਦਾ ਸਟਰਗਲ ਕਰ ਰਿਹਾ ਤੇ ਮੈਂ ਵਾਕਈ ਖੁਸ਼ ਨਸੀਬ ਆ ਪਰ ਮੈਂ ਮਿਹਨਤ ਤੋਂ ਕਦੀ ਨਹੀਂ ਦੌੜਿਆ ਮਿਹਨਤੀ ਹੋਵੇ ਬੰਦਾ ਨੀਅਤ ਸਾਫ਼ ਹੋਵੇ ਮਹਾਰਾਜ ਰਸਤਾ ਤਾਂ ਫਿਰ ਖੁਦ ਬਣਾਉਂਦੇ ਨੇ ਤੇ ਕਹਿੰਦੇ ਨਾ ਕਿ ਵੀ ਤੁਰਦਾ ਚੱਲ ਬੰਦਿਆ ਮੰਜ਼ਿਲ ਉਡੀਕਦੀ ਤੇ ਬਸ ਇਹੀ ਕੁਝ ਹੋ ਰਿਹਾ ਜੀ ਮੇਰੇ ਨਾਲ ਭਾਈ ਅਸੀਂ ਲੋਕ ਬੜੇ ਜਜ਼ਬਾਤੀ ਹੁੰਨੇ ਆ ਅਸੀਂ ਕੋਈ ਦੇਸ਼ ਭਗਤੀ ਵਾਲੀ ਫਿਲਮ ਦੇਖ ਲਈਏ ਤੇ ਉਦਾਂ ਦੇ ਆਪਣੇ ਅੰਦਰ ਜਜ਼ਬਾਤ ਪੈਦਾ ਹੋ ਜਾਂਦੇ ਆ ਕੋਈ ਲਵ ਸਟੋਰੀ ਦੇਖ ਲਈਏ ਤੇ ਉਦਾਂ ਦੇ ਹੋ ਜਾਂਦੇ ਆ ਹੈਨਾ ਸੇਮ ਜਿਹੜੇ ਤੁਸੀਂ ਕਿਰਦਾਰ ਕਰਦੇ ਹੋ ਉਹ ਸਾਡਾ ਇਤਿਹਾਸ ਹੈ ਚਾਹੇ ਉਹ ਸਾਰਾ ਗੜੀ ਦੀ ਗੱਲ ਕਰ ਲੋ ਤੁਸੀਂ ਵੀਰ ਸਾਬਰ ਕਰ ਦੀ ਗੱਲ ਕਰ ਲੋ ਜਾਂ ਜਿਹੜੇ ਪ੍ਰੋਜੈਕਟਸ ਅੱਗੇ ਪਿੱਛੇ ਕੀਤੇ ਆ ਉਹਦਾ ਬਾਰੇ ਵੀ ਗੱਲ ਕਰਾਂਗੀ ਹੈਨਾ ਉਹਨਾਂ ਦੀ ਗੱਲ ਕਰ ਲੋ ਭਾਈ ਕਿਹੋ ਜਿhjust ਜ਼ਜ਼ਬਾਤ ਕਨੈਕਟ ਹੁੰਦੇ ਹੋਣਗੇ ਤੁਹਾਡੇ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਮੈਂਟਲ ਇਫੈਕਟ ਔਰ ਮੈਂਟਲ ਪੀਸ ਕਿੰਨਾ ਇਫੈਕਟ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਪੇਨਫੁਲ ਵੀ ਹੈ ਕਿਤੇ ਨਾ ਕਿਤੇ ਪ੍ਰਾਊਡ ਵੀ ਹੈ ਦੇਖੋ ਜੀ ਜੋ ਕਮ ਕਮ ਸਾਰੇ ਕਰਦੇ ਆ ਜੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰਨਾ ਓਨੈਸਟੀ ਦੇ ਨਾਲ ਕਰਨਾ ਇੱਕ ਨiyet ਦੇ ਨਾਲ ਕਰਨਾ ਤੇ ਇੱਕ ਨਾਰਮਲ ਕੰਮ ਕਰਨ ਤੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਰਣਦੀਪਾ ਜੀ ਨੂੰ ਕੰਮ ਕਰਤੇ ਉਹਨਾਂ ਨੂੰ ਮੈਂ ਉਹਨਾਂ ਦਾ ਬੈਸਟ ਕੰਮ ਮੈਨੂੰ ਅਜ ਤੱਕ ਦਾ ਮੈਨੂੰ ਸਰਬਜੀਤ ਫਿਲਮ ਦਾ ਲੱਗਦਾ ਜੀ ਤੇ ਉਹ ਇੰਨੀ ਡਿਟੇਲਿੰਗ ਚ ਗਏ ਹੁਣ ਆਪਾਂ ਹਾਲੀਵੁੱਡ ਐਕਟਰਸ ਦੀ ਵਰਲਡ ਸਿਨੇਮਾ ਦੇਖਦੇ ਹਾਂ ਹਨਾ ਬਹੁਤ ਸਾਰੇ ਕੋ ਸਾਡੇ ਕੋ ਰੈਫਰੈਂਸਿਸ ਨੇ ਉਹ ਜੋ ਕੈਰੈਕਟਰ ਨੇ ਉਹ ਆਪਣੇ ਆਪ ਨੂੰ ਕਿਵੇਂ ਢਾਲ ਲੈਂਦੇ ਨੇ ਉਹ ਕਿਵੇਂ ਆਪਣੇ ਆਪ ਨੂੰ ਉਹ ਸਫਰ ਕਰਦੇ ਨੇ ਫਿਰ ਉਹ ਕੈਰੈਕਟਰ ਨਿਕਲ ਕੇ ਬਾਹਰ ਆਉਂਦਾ ਹੈ ਜਨਮ ਲੰਦਾ ਕੈਰੈਕਟਰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਲਵਾਂਗਾ ਮੈਂ ਜੋਗੀ ਫਿਲਮ ਮੇਰੀ ਡੈਬਿਊ ਫਿਲਮ ਸੀ Netflix ਡੈਬਿਊ ਫਿਲਮ ਸੀ ਹੁਣ ਉਹ ਮੇਰੀ ਪਹਿਲੀ ਫਿਲਮ ਸੀ ਤੇ ਮੈਂ ਜ਼ੀਰੋ ਤੋਂ ਸਟਾਰਟ ਕੀਤਾ ਸੀ ਦੁਬਾਰਾ ਕਿਉਂਕਿ ਬੈਟਲ ਆਫ ਸਾਰਾਗੜੀ ਵੀ ਨਹੀਂ ਹੋ ਪਾਈ ਫਿਰ ਮੈਂ ਜ਼ੀਰੋ ਤੋਂ ਸਟਾਰਟ ਕੀਤਾ ਮੈਂ ਫਿਲਮ ਦੇ ਵਿੱਚ ਐਜ਼ ਇਨ ਫਿਲਮ ਇੰਡਸਟਰੀ ਚ ਇਨ ਟਰਨ ਅਸਿਸਟੈਂਟ ਡਾਇਰੈਕਟਰ ਦਾ ਵੀ ਕੰਮ ਮੈਂ ਸ਼ੁਰੂ ਕੀਤਾ ਅੱਛਾ ਮੈਂ ਜ਼ੀਰੋ ਤੋਂ ਬਹੁਤ ਜ਼ੀਰੋ ਤੋਂ ਸਟਾਰਟ ਕੀਤਾ ਵੀ ਮਾਰੇ ਦਾ ਪਾਣਾ ਮੰਨਿਆ ਕਿ ਵੀ ਚਲ ਕੋਈ ਨਹੀਂ ਉੱਥੇ ਨਹੀਂ ਤੇ ਇੱਥੇ ਸਹੀ ਕਿਤੇ ਨਾ ਮੈਂ ਛੁਰ ਛੁਰੂ ਸ਼ੁਰੂ ਕਰਾਂ ਮੈਂ ਜੀ ਤੇ ਮੈਂ ਅਸਲ ਚ ਛੱਡ ਗਿਆ ਸੀ ਇੰਡਸਟਰੀ ਇੱਕ ਸਾਲ ਮੈਂ ਪ੍ਰਾਈਵੇਟ ਸੈਕਟਰ ਚ ਕੰਮ ਕੀਤਾ ਤੇ ਫਿਰ ਮੈਂ ਜਦੋਂ ਮੈਨੂੰ ਅੰਦਰੋਂ ਮਹਿਸੂਸ ਹੋਇਆ ਕਿ ਨਹੀਂ ਮੈਂ ਪ੍ਰਾਈਵੇਟ ਸੈਕਟਰ ਲਈ ਨਹੀਂ ਬਣਿਆ ਨਹੀਂ ਬਣਿਆ ਫਿਰ ਮੈਂ ਫਿਰ ਮੇਰੇ ਸਾਹਮਣੇ ਇੱਕ ਦਿਨ ਐਸਾ ਮੌਕਾ ਆਇਆ ਮੈਂ ਅਮਰੀਕਨ ਪ੍ਰੋਸੈਸ ਚ ਕੰਮ ਕਰਦਾ ਸੀ ਨਾਈਟ ਸ਼ਿਫਟ ਚ ਕੰਮ ਕਰਦਾ ਸੀ ਮੈਨੂੰ ਰਾਤ 11 12 ਵਜੇ ਫੋਨ ਆਇਆ ਕਿ ਵੀ ਇਦਾਂ ਕਰਕੇ ਇੰਟਰਨ ਅਸਿਸਟੈਂਟ ਡਾਇਰੈਕਟਰ ਚਾਹੀਦਾ ਚੰਡੀਗੜ੍ਹ ਦੇ ਵਿੱਚ ਮੈਂ ਆਈ ਵਾਸ ਵਰਕਿੰਗ ਇਨ ਅਮਰਤਸਰ ਤੋਂ ਮੈਂ ਬਸ ਨਾ ਸੋਚਿਆ ਨਾ ਸਮਝਿਆ ਉਹ ਜੋਬ ਵਿੱਚੇ ਛੱਡ ਕੇ ਚੰਡੀਗੜ੍ਹ ਦੀ ਟ੍ਰੇਨ ਫੜ ਕੇ ਚੱਲ ਚੰਡੀਗੜ੍ਹ ਉਸ ਤੋਂ ਬਾਅਦ ਮੈਂ ਮੇਰੇ ਉਹ ਲਾਈਫ ਦਾ ਸਭ ਤੋਂ ਬੈਸਟ ਡਿਸੀਜਨ ਸੀ ਮੈਂ ਅੱਜ ਵੀ ਉਹ ਡਿਸੀਜਨ ਤੇ ਮਾਨ ਮਹਿਸੂਸ ਕਰਦਾ ਕਿ ਵੀ ਜੇ ਉਸ ਦਿਨ ਮੈਂ ਜਿਗਰਾ ਕਰਕੇ ਨਾ ਗਿਆ ਹੁੰਦਾ ਜੇ ਮੈਂ ਸੋਚਦਾ ਕਿ ਵੀ ਮੈਰੀ ਇੰਨੀ ਸੈਲਰੀ ਹੈ ਇੰਨੀ ਸਿਕਿਉਰਿਟੀ ਹੈ ਏ ਮੇਰਾ ਨੁਕਸਾਨ ਹੋ ਜਾਏਗਾ ਮੈਂ ਉਹਨੇ ਕੋ ਧਾਇਰੇ ਦੇ ਵਿੱਚ ਹੀ ਰਹਿ ਜਾਂਦਾ ਤੇ ਸ਼ਾਇਦ ਮੈਂ ਅੱਜ ਤੁਹਾਡੇ ਨਾਲ ਬਿਠਾ ਹੁੰਦਾ ਇਹ ਤਾਂ ਫਿਰ ਤੁਸੀਂ ਕਿਹਾ ਨਾ ਕਾਲਪੁਰ ਰਖਣੇ ਸੋਚਿਆ বাস বাস ਤੁਸੀਂ ਸਭ ਸਮਝ ਲਓ ਕਿ ਸਭ ਕੁਝ ਲਿਖਿਆ ਹੀ ਹੁੰਦਾ ਤੇ بس ਬੰਦੇ ਨੂੰ ਮਿਹਨਤ ਹੀ ਹੋਣਾ ਚਾਹੀਦਾ ਜੀ ਤੇ ਐਗਜ਼ਾਮਪਲ ਮੈਂ ਇਹ ਲੈ ਰਿਹਾ ਸੀ ਮੈਂ ਕਹਿ ਰਿਹਾ ਸੀ ਜੋ ਮੈਂ ਮੈਥਡ ਐਕਟਿੰਗ ਰੰਦੀਪ ਭਾਜੇ ਦੇ ਕੋਲੋਂ ਸਿੱਖੀ ਆ ਉਹਨਾਂ ਨੂੰ ਕਰਦੇ ਦੇਖਿਆ ਫਿਰ ਜਦੋਂ ਮੈਨੂੰ ਜੋਗੀ ਫਿਲਮ ਮਿਲੀ ਜੋਗੀ ਫਿਲਮ ਹੈ ਪੰਜਾਬ 1984 ਤੋਂ ਬਾਅਦ ਜੋ ਦਿੱਲੀ ਦੇ ਵਿੱਚ ਸਿੱਖਾ ਦੇ ਨਾਲ ਹੋਇਆ ਜੋ 휴ਮੈਨਿਟੀ ਦੇ ਨਾਲ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਉਸ ਸਟੋਰੀ ਦੇ ਵਿੱਚ ਇੱਕ ਪਰਿਵਾਰ ਦਾ ਇੱਕ ਹਿੱਸਾ ਦੀ ਇੱਕ ਸਟੋਰੀ ਹੈ ਇੱਕ ਪਰਿਵਾਰ ਹੈ ਜੋ ਤਿੰਨ ਦਿਨ ਦਾ ਕਿਵੇਂ ਆਪਣੇ ਆਪ ਨੂੰ ਬਚਾਉਂਦੀ ਹੈ ਸਰਵਾਈਵ ਕਰਦੀ ਹੈ ਉਹਦਾ ਇੱਕ ਮੈਨੂੰ ਉਹ ਇਸ ਸਭ ਨੂੰ ਨੰਦਾ ਮੌਕਾ ਮਿਲਿਆ ਦਲਜੀਤ ਦੇ ਵੱਡੇ ਭਰਾ ਦਾ ਜੋਗੀ ਦਾ ਵੱਡਾ ਜੋ ਭਰਾ ਉਹਦਾ ਸੁੱਖੀ ਉਹਦਾ ਰੋਲ ਨਿਭਾਉਣ ਦਾ ਮੈਨੂੰ ਮੌਕਾ ਮਿਲਿਆ ਤੇ ਫਿਰ ਮੈਂ ਸੋਚਿਆ ਕਿ ਵੀ ਮੈਨੂੰ ਕਿੱਦਾਂ ਤਿਆਰ ਕਰਾਂ ਤੇ ਉਹ ਫਿਲਮ 'ਚ ਸਿਲੈਕਸ਼ਨ ਹੋਈ ਤਾਂ ਵਿੱਚ ਆ ਗਿਆ ਅਚਾਨਕ ਕੋਵਿਡ ਆ ਗਿਆ ਅਰੇ ਤੇ ਫਿਰ ਮੈਨੂੰ ਬਹੁਤ ਸਾਰਾ ਟਾਈਮ ਮਿਲ ਗਿਆ 5-6 ਮਹੀਨੇ ਫਿਰ ਮੈਂ ਪਤਾ ਸਾਰਿਆਂ ਨੂੰ ਸੀ ਨਵੰਬਰ 1984 ਦਿੱਲੀ 'ਚ ਕੀ ਹੋਇਆ ਸੀ ਹਣਾ ਪਰ ਕਹਿੰਦੇ ਨਾ ਨੀਤਾ ਦੇ ਨਾਲ ਮੁਰਾਦਾ ਜੋ ਤੁਹਾਡੀ ਗੱਲ ਹੈ ਬੰਦੇ ਨੂੰ ਮਿਹਨਤੀ ਹੋਣਾ ਚਾਹੀਦਾ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਜਾ ਕੇ ਮੈਂ ਹਰ ਉਹ ਮੌਮਕਨ ਕਿਤਾਬ ਪੜੀ ਰਿਸਰਚ ਨੋਟਸ ਪੜ੍ਹੇ ਬੁੱਕਸ ਪੜੀਆਂ ਮੈਂ ਰਾਈਟਰਸ ਨੂੰ ਮਿਲਿਆ ਈਵਨ ਵਿਕਟਿਮਸ ਨੂੰ ਮਿਲਿਆ ਉਹ ਕੁਝ ਕੁਝ ਕਹਾਣੀਆਂ ਐਸੀਆਂ ਮੇਰੇ ਅੰਦਰ ਤੱਕ ਕਰ ਗਈਆਂ ਉਹਦਾ ਮੈਨੂੰ ਨਹੀਂ ਲੱਗਦਾ ਕਿ ਵੀ ਮੈਨੂੰ ਸਕ੍ਰਿਪਟ ਫੜਨ ਦੀ ਵੀ ਲੋੜ ਪੈਂਦੀ ਸੀ ਸੈਟ ਤੇ ਇਮੋਸ਼ਨਸ ਐਂਵਨ ਹਾਂਜੀ ਮੈਂ ਕਦੀ ਗਲਿਸਰਨ ਵੀ ਨਹੀਂ ਯੂਜ਼ ਕੀਤੀ ਸੀ ਕਿਉਂਕਿ ਉਹ ਕਹਾਣੀਆਂ ਇੰਨੀ ਦਰਦਨਾਕ ਸੀਗੀਆਂ ਜੋ ਐਕਚੁਅਲ ਚ ਕਿਸੇ ਨੂੰ ਪਤਾ ਨਹੀਂ ਉਹ ਜੋ ਕਿਤਾਬਾਂ ਚ ਮਿਲਦੀਆਂ ਤੁਹਾਨੂੰ ਫਿਲਮਾਂ ਚ ਘੱਟ ਦੇਖਣ ਨੂੰ ਮਿਲਦੀਆਂ ਕਿਉਂਕਿ ਉਹ ਸੈਂਸਰ ਕਦੀ ਅਲਾਉ ਨਹੀਂ ਕਰਦਾ ਕਿਉਂਕਿ ਅ ਕਿਤਾਬਾਂ ਦੇ ਵਿੱਚ ਖੁੱਲਾ ਸਾਰਾ ਕੁਝ ਬਿਆਨ ਕੀਤਾ ਹੁੰਦਾ ਰਿਸਰਚ ਨੋਟਸ ਦੇ ਵਿੱਚ ਸੋ ਖੈਰ ਉਹ ਮੈਂ ਬੁక్స్ ਪੜੀਆਂ ਰਿਸਰਚ ਆਪਣੇ ਆਪ ਨੂੰ ਤਿਆਰ ਕੀਤਾ ਤੇ ਉਹਦੇ ਚੋਂ ਜੋ ਪੇਨ ਸੀ ਉਹ ਪੇਨ ਨੇ ਹੀ ਇੱਕ ਸੁਖੀ ਨੂੰ ਜਨਮ ਦਿੱਤਾ ਜੋ ਕਰੈਕਟਰ ਸੀਗਾ ਜੀ ਤੇ ਉਹਦੇ ਚੋਂ ਬਾਹਰ ਨਿਕਲਣਾ ਵੀ ਬਹੁਤ ਮੁਸ਼ਕਲ ਸੀ ਬਟ ਯੈਸ ਵਾਟ ਆਮ ਟਾਕਿੰਗ ਟਾਕਿੰਗ ਅਬਾਊਟ ਕਿ ਹੁਣ ਵੀਰਸਾ ਵਰਕਰ ਦੀ ਗੱਲ ਲੈ ਲਈਏ ਫਾਰ ਇਗਜ਼ਾਮਪਲ ਰਣਦੀਪ ਹੁੱਡਾ ਹਜੇ ਵੀ ਇੰਨੇ ਸਾਲਾਂ ਬਾਅਦ ਹੈਨਾ ਕਾਲੇ ਪਾਣੀ ਦੀ ਉਸ ਸਜ਼ਾ ਉਸ ਚੈਲੰਜ ਤੋਂ ਬਾਹਰ ਨਹੀਂ ਆ ਪਾਇਗੀ ਤੁਸੀਂ ਜਦੋਂ ਇਹੋ ਜਿਹੇ ਕੈਰੇਕਟਰਸ ਕਰਦੇ ਹੋ ਤੁਸੀਂ ਕਹਿੰਦੇ ਮੈਂ ਵਿਕਟਿਮਸ ਨੂੰ ਵੀ ਮਿਲਿਆ ਸੋ ਕਿਸੇ ਦੀ ਜ਼ੁਬਾਨੀ ਸੁਣਨਾ ਕਿ ਹੈਨਾ ਕੰਬਦੇ ਬੁੱਲਾਂ ਨਾਲ ਜਾਂ ਭਰੀਆਂ ਅੱਖਾਂ ਨਾਲ ਕਿ ਇਹ ਚੀਜ਼ਾਂ ਸੀ ਕਿੰਨਾ ਕੁ ਮੈਂਟਲ ਇਫੈਕਟ ਔਰ ਮੈਂਟਲ ਪੀਸ ਨੂੰ ਦੁਬਾਰਾ ਕਨਵਰਟ ਕਰਨ ਦੇ ਵਿੱਚ ਇੱਕ ਐਕਸਰਸਾਈਜ਼ ਚੱਲਦੀ ਹੈ ਮੁਸ਼ਕਲ ਹੈ ਮਾਇਨੇ ਚ ਕੋਈ ਝੂਠ ਨਹੀਂ ਹੈ ਕਿ ਮੈਂ ਤੁਹਾਨੂੰ ਐਵੇਂ ਕਹਾਂ ਕਿ ਵੀ ਹੋ ਜਾਂਦਾ ਹੈ ਸਵਿਚ ਆਨ ਸਵਿਚ ਆਫ ਮੇਰੇ ਹੱਥੇ ਨਹੀਂ ਹੁੰਦਾ ਹੋਰ ਵਧੀਆ ਬਾਕਮਾ ਇਲੈਕਟਰਸ ਹੋਣਗੇ ਜਿਨ੍ਹਾਂ ਦਾ ਸਵਿਚ ਆਨ ਸਵਿਚ ਆਫ ਸਵਿਚ ਹੁੰਦਾ ਹਨ ਨਾ ਮੈਨੂੰ ਕਾਫੀ ਟਾਈਮ ਲੱਗਾ ਸੀ ਉਸ ਚੀਜ਼ਾਂ ਤੋਂ ਬਾਹਰ ਆਂਦੇ ਕਿਉਂਕਿ ਕਿਤੇ ਨਾ ਕਿਤੇ ਸਾਡੇ ਨਾਲ ਹੀ ਤਾਂ ਵਾਪਰਿਆ ਸੀ ਤੇ ਉਸ ਚੀਜ਼ਾਂ ਨੂੰ ਬਾਹਰ ਆਣ ਲੱਗਿਆ ਥੋੜਾ ਸਮਾਂ ਜ਼ਰੂਰ ਲੱਗਦਾ ਪਰ ਤੁਹਾਨੂੰ ਆਪਣੇ ਮਾਈਂਡ ਨੂੰ ਡਾਇਵਰਟ ਕਰਨਾ ਪੈਂਦਾ ਕੁਝ ਚੰਗਾ ਹੋਰ ਪੜ੍ਹਨਾ ਪੈਂਦਾ ਕੁਝ ਆਪਣੇ ਆਪ ਨੂੰ ਇੱਕ ਅਲੱਗ ਸਬਜੈਕਟ ਦੇਣਾ ਪੈਂਦਾ ਫਿਰ ਬਦਲ ਜਾਂਦੇ ਤੁਸੀਂ ਹੌਲੀ ਹੌਲੀ ਜੇ ਤੁਹਾਨੂੰ ਮੈਂ ਕਹਾਂ ਮੈਂ ਇੱਕ ਟਾਈਮ ਤੇ ਦੋ ਫਿਲਮਸ ਕਰ ਰਿਹਾ ਸੀ ਸਾ ਵਰਕਰ ਵੀ ਕਰ ਰਿਹਾ ਸੀ ਤੇ ਦੂਸਰੀ ਅਮਰ ਸਿੰਘ ਚਮਕੀਲਾ ਵੀ ਕਰ ਰਿਹਾ ਸੀ ਹਾਂ ਭਾਈ ਉਹਦੀ ਵੀ ਜਰਨੀ ਜਾਣਨੀ ਆ ਮੈਂ ਹੈਨਾ ਜੋਗੀ ਤੋਂ ਚਮਕੀਲੇ ਤੱਕ ਕਿੱਦਾਂ ਪਹੁੰਚ ਗਏ ਵਾਜ਼ੀ ਉਹ ਹੌਲੀ ਹੌਲੀ ਮੈਂ ਤੁਹਾਨੂੰ ਦੱਸਦਾ ਜੀ ਸੋ ਖੈਰ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਕਿ ਵੀ ਸਬਰਕਰ ਵੀ ਤੇ ਚਮਕੀਲਾ ਵੀ ਇੱਕ ਪੈਰਲਲ ਛੂਟ ਹੋ ਰਿਆ ਸੀ ਪਹਿਲਾਂ ਡੇਟਸ ਕਲੈਸ਼ ਕਰ ਰਹੀ ਸੀ ਬਟ ਚਲੋ ਲੱਕ ਬਾਈ ਚਾਂਸ ਸਬਰਕਰ ਪਹਿਲੇ ਹੋਈ ਤੇ ਕੁਛ ਹੀ ਦਿਨਾਂ ਦੇ ਬਾਅਦ ਚਮਕੀਲਾ ਸਟਾਰਟ ਹੋਈ ਉਹ ਬਹੁਤ ਚੈਲੈਂਜਿੰਗ ਸੀ ਮੇਰੇ ਵਾਸਤੇ ਕਿਉਂਕਿ ਸਬਰਕਰ ਹੈ 1905 ਦੀ ਸਟੋਰੀ ਹੈ 1905 ਤੋਂ ਲੱਗੇ 1909-10 ਦੀ ਸਟੋਰੀ ਹੈ ਉਦੇਚੇ ਮੈਂ ਆਪਣੇ ਆਪ ਨੂੰ ਕੁਝ ਇਦਾਂ ਢਾਲ ਲਿਆ ਕਿ ਮੈਂ ਆਪਣੇ ਕੋਲ ਫੋਨ ਨਹੀਂ ਰੱਖਦਾ ਸੀ ਮੈਂ ਆਪਣੇ ਆਪਣੇ ਕੋਲ ਮੈਂ ਪੈਨ ਨਹੀਂ ਰੱਖਦਾ ਸੀ ਮੈਂ ਕੁਝ ਆਪਣਾ ਅ ਮੈਂ ਕਿਤਾਬਾਂ ਪੜ੍ਹਨੀਆਂ ਸਟਾਰਟ ਕੀਤੀਆਂ ਮੈਂ ਇਮੇਜਿਨ ਕਰਨਾ ਸਟਾਰਟ ਕੀਤਾ ਕਿ 1905-06 ਦੇ ਵਿੱਚ ਕੀ ਹੁੰਦਾ ਹੋਏਗਾ ਇਹ ਵੀ ਡਿਟੇਲਿੰਗ ਮੈਂ ਰਦੀਪਾ ਜੀ ਦੇ ਕੋਲੋਂ ਸਿੱਖੀ ਹੈ ਕਿ ਵੀ ਕੱਲੀ-ਕੱਲੀ ਨਿੱਕੀ-ਦਿੱਨੀ ਇਵਨ ਤੁਸੀਂ ਕਹਿ ਲਓ ਸਿਰ ਦੇ ਅ ਵਾਲ ਤੋਂ ਲੈ ਕੇ ਪੈਰ ਦੀ ਚੀਚੀ ਤੱਕ ਭਾਜੀ ਇੰਨੀ ਡੀਟੇਲਿੰਗ ਤੱਕ ਜਾਂਦੇ ਆ ਕਿ ਵੀ ਅਗਰ ਉਦੋਂ ਹੋਏਗਾ ਤੇ ਕੀ ਹੋਏਗਾ ਹਾਂ ਹਣਾ ਤੇ ਉਹ ਡਿਟੇਲਿੰਗ ਮੈਂ ਉਹਨਾਂ ਦੇ ਕੋਲੋਂ ਸਿੱਖੀ ਆ ਡਿਟੇਲਿੰਗ 'ਚ ਕੰਮ ਕਰਨ ਤੋਂ ਬਾਅਦ ਫਿਰ ਤੁਹਾਨੂੰ ਹੌਲੀ-ਹੌਲੀ ਸਮਝ ਆਉਂਦਾ ਹੈ ਕਿ ਵੀ ਤੁਸੀਂ ਸਮਾਰਟਲੀ ਆਪਣੇ ਆਪ ਨੂੰ ਇੱਕ ਕੈਰੈਕਟਰ ਤੋਂ ਦੂਸਰੇ ਕੈਰੈਕਟਰ 'ਚ ਕਿਵੇਂ ਸ਼ਿਫਟ ਕਰ ਸਕਦੇ ਹੋ ਤੁਹਾਨੂੰ ਇਮੀਡੀਏਟਲੀ ਇਮੀਡੀਏਟਲੀ ਦੂਸਰੇ ਸਬਜੈਕਟ ਦੇ ਉੱਪਰ ਪੜ੍ਹਨਾ ਪੈਂਦਾ ਕੰਮ ਕਰਨਾ ਪੈਂਦਾ ਅਗਰ ਤੁਸੀਂ ਕਨਸਟੈਂਟਲੀ ਪਿਛਲੇ ਜ਼ੋਨ ਦੇ ਵਿੱਚ ਰਹੋਗੇ ਤੁਸੀਂ ਪਿਛਲਾ ਕੰਮ ਕੀਤਾ ਅਗਲਾ ਕੰਮ ਵੀ ਖਰਾਬ ਕਰ ਲੋਗੇ ਇਹੀ ਸ਼ਾਇਦ ਇੱਕ ਕਹਿ ਲੋ ਕਿ ਵੀ ਜਿਹੜੇ ਐਕਸਪੀਰੀਅੰਸ ਡਾਇਰੈਕਟਰ ਹੁੰਦੇ ਉਹਨਾਂ ਵਾਸਤੇ ਬਹੁਤ ਆਸਾਨ ਹੁੰਦਾ ਜਿਹੜੇ ਮੇਰੇ ਵਰਗੇ ਥੋੜਾ ਜਿਹਾ ਹੌਲੀ ਹੌਲੀ ਕਦਮ ਪੁੱਟ ਰਹੇ ਨੇ ਤੇ ਥੋੜਾ ਔਖਾ ਲੱਗਦਾ ਪਰ ਹਾਂਜੀ ਹੁਣ ਤਰੀਕਾ ਆ ਗਿਆ ਵੀ ਕਿਸ ਤਰੀਕੇ ਨਾਲ ਸ਼ਿਫਟ ਮਾਰਨਾ ਤੇ ਜੋਗੀ ਤੋਂ ਬਾਅਦ 2022 ਚ ਫਿਲਮ ਰਿਲੀਜ਼ ਹੋਈ ਹੈ ਤੇ ਉਸ ਤੋਂ ਬਾਅਦ ਮੈਂ 1 ਸਾਲ ਮੈਂ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ ਬਰੀਥ ਇਨਟੂ ਦਾ ਸ਼ੈਡੋਜ਼ ਦੇ ਵਿੱਚ ਤੇ ਉਹ ਵੈਬ ਸ਼ੋਅ ਕਰਦੇ ਆ ਮੁੰਬਈ ਦੇ ਵਿੱਚ ਫਿਰ ਮੈਨੂੰ ਮੌਕਾ ਮਿਲਿਆ ਇੱਕ ਦਿਨ ਮੈਨੂੰ ਕਾਲ ਆਈ ਹੈ ਮੁਕੇਸ਼ ਛਾਬੜਾ ਕਾਸਟਿੰਗ ਕੰਪਨੀ ਤੋਂ ਤੇ ਉਹਨਾਂ ਨੇ ਮੈਨੂੰ ਇੱਕ ਟੈਸਟ ਕੀਤਾ ਮੇਰੇ ਕਰੈਕਟਰ ਬਾਰੇ ਜੀ ਉਹ ਕਰੈਕਟਰ ਦੇ ਲਈ ਜੋ ਚਮਕੀਲਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗਾ ਮਿਲੇਗਾ ਸਵਨ ਸਿਵਿਆ ਜੀ ਦਾ ਕਰੈਕਟਰ ਹੈ ਜੀ ਸਵਨ ਸਿਵਿਆ ਜੀ ਦਾ ਕਰੈਕਟਰ ਹੈ ਜੋ ਸਾਡੇ ਵਿੱਚ ਹੁਣ ਨਹੀਂ ਰਹੇ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਸੋ ਖੈਰ ਉਹ ਚਮਕੀਲੇ ਦੀ ਲਾਈਫ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਇਆ ਸੀ ਉਹਨਾਂ ਨੇ ਜੀ ਸੋ ਉਹ ਮੈਂ ਆਡੀਸ਼ਨ ਮੇਰੇ ਕੋਲ ਦਿੱਤਾ ਗਿਆ ਤੇ ਟੈਸਟ ਮੈਂ ਦਿੱਤਾ ਸੋ ਲੱਕ ਬਾਈ ਚਾਂਸ ਉਹ ਮੇਰੀ ਲਾਈਫ ਦਾ ਸਭ ਤੋਂ ਵੱਡਾ ਤੁਸੀਂ ਕਹਿ ਲਓ ਮੌਕਾ ਸਮਝ ਲਓ ਕਿ ਵੀ ਮੈਂ ਸ਼ਾਇਦ ਸੋਚਿਆ ਨਹੀਂ ਸੀ ਇਮਤੀਆਜ਼ ਅਲੀ ਸਰ ਰੌਕਸਟਾਰ ਫਿਲਮ ਮੇਰੀ ਫੇਵਰਟ ਫਿਲਮ ਹੈ ਇਹ ਹਰ ਇਹ ਆਰ ਰਹਿਮਾਨ ਸਰ ਹਮ ਉਹ ਵੰਡਰਫੁਲ ਕੰਬੋ ਹੈ ਤੇ ਉਹ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਵੀ ਮੈਂ ਐਸੀ ਕਰੂ ਤੇ ਨਾਲ ਵੀ ਕਦੀ ਮੈਂ ਕੰਮ ਕਰੂੰਗਾ ਸਾਰਾ ਕੁਝ ਲਿਖਿਆ ਹੀ ਹੁੰਦਾ ਜੀ ਤੇ ਬਸ ਤੁਸੀਂ ਇਹ ਸਮਝ ਲਓ ਕਿ ਤੁਹਾਨੂੰ ਇੰਨਾ ਕੋ ਅਵੇਅਰ ਰਹਿਣਾ ਹੁੰਦਾ ਮੈਨੂੰ ਉਸ ਦਿਨ ਮਿਸਕਾਲ ਆਈ ਸੀ ਮੈਂ ਕਾਲ ਬੈਕ ਕੀਤਾ ਸੀ ਪਤਾ ਚੱਲਿਆ ਵਿਕੇਸ਼ ਸ਼ਾਭੜਾ ਕਾਸਟਿੰਗ ਕੰਪਨੀ ਤੋਂ ਫੋਨ ਸੀ ਤੇ ਸਾਨੂੰ ਅਵੇਅਰ ਰਹਿਣਾ ਚਾਹੀਦਾ ਹੈ ਮੌਕਾ ਤਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਵੇ ਤੁਸੀਂ ਜਰਨਲਿਜ਼ਮ ਦੀ ਲਾਈਨ 'ਚ ਹਰ ਇੱਕ ਦੀ ਲਾਈਫ ਦੇ ਵਿੱਚ ਨਾ ਇੱਕ ਛੋਟਾ ਜਿਹਾ ਮੌਕਾ ਹੁੰਦਾ ਉਹ ਤੁਹਾਡੇ ਤੇ ਹੁੰਦਾ ਤੁਸੀਂ ਕਦੋਂ ਨੂੰ ਫੜਨਾ ਜੀ ਬਿਲਕੁਲ ਅ ਸੋ ਫਿਰ ਵਾਪਿਸ ਆਵਾਂਗੇ ਇੰਟਰਸਟਿੰਗ ਜਰਨੀ ਹੈ ਔਰ ਮੈਨੂੰ ਲੱਗਦਾ ਹੈ ਜਰਨੀ ਹੋਰ ਇੰਟਰਸਟਿੰਗ ਹੋਣ ਵਾਲੀ ਕਿਉਂਕਿ ਸਾਰੇ ਹੀ ਪ੍ਰੋਜੈਕਟਸ ਤੁਸੀਂ ਬਹੁਤ ਇੱਕ ਡਰਾਸਟਿਕ ਹਿਸਟਰੀ ਤੇ ਕੰਮ ਕੀਤਾ ਹੈ ਹਰ ਫਿਲਮ ਦੇ ਜ਼ਰੀਏ ਵੀਰਸਾ ਵਰਕਰ ਦਾ ਕਿਰਦਾਰ ਜਿਹੜਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਇਮੋਸ਼ਨਲੀ ਕਨੈਕਟ ਫੀਲ ਕੀਤਾ ਔਰ ਉਸ ਕਿਰਦਾਰ ਨੂੰ ਕਰਦੇ ਕਰਦੇ ਉਹ ਜਿਹੜੀ ਥਰੂਆਊਟ ਜਰਨੀ ਸੀਗੀ ਕੁਝ ਕੁ ਦਿਨਾਂ ਦੀ ਹੈਨਾ ਵੀਰਸਾ ਵਰਕਰ ਵਾਲੀ ਹਾਸ ਥੈਟ ਹਰਨਾਮ ਸਿੰਘ ਮੇਰੇ ਕਰੈਕਟਰ ਦਾ ਨਾਮ ਹੈ ਤੇ ਉਹ ਹਰਨਾਮ ਸਿੰਘ ਜਿੱਦਾਂ ਭਾਜੀ ਨੇ ਮੈਨੂੰ ਦੱਸਿਆ ਕਿ ਵੀ ਹਰਨਾਮ ਸਿੰਘ ਬਹੁਤ ਇੱਕ ਇਨੋਸੈਂਟ ਸਟੂਡੈਂਟ ਹੈ ਜੀ ਤੇ ਇਹ ਮੈਨੂੰ ਦੱਸਿਆ ਤੇ ਉਹ ਫਿਰ ਮੈਂ ਥੋੜਾ ਬੈਠ ਕੇ ਹੋਰ ਸਮਝਿਆ ਉਸ ਕਰੈਕਟਰ ਬਾਰੇ ਹਰਨਾਮ ਸਿੰਘ ਤੇ ਸਵਰਕਰ ਵੀਰ ਸਵਰਕਰ ਜੀ ਇਹ ਦੋਨੋਂ ਲੰਡਨ ਪੜਨ ਜਾਂਦੇ ਆ 4 ਸਾਲ ਸਮੁੰਦਰੀ ਸਫਰ ਕਰਕੇ ਜਾਂਦੇ ਇੰਡੀਆ ਤੋਂ ਲੰਡਨ ਤੇ ਉਹ ਰਸਤੇ ਦੇ ਵਿੱਚ ਇੱਕ ਦੂਸਰੇ ਨੂੰ ਮਿਲਦੇ ਆ ਹਰਨਾਮ ਸਿੰਘ ਤੇ ਸਵਰਕਰ ਬਾਰੇ ਤੁਹਾਨੂੰ ਬੜੇ ਆਰਾਮ ਦੇ ਨਾਲ ਇੰਟਰਨੈਟ ਤੇ ਇਨਫੋਰਮੇਸ਼ਨ ਮਿਲ ਜਾਏਗੀ ਸਿਰਫ ਉਹ ਦੋ ਕਲਾਸਮੇਟ ਤੁਹਾਨੂੰ ਆਰਾਮ ਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ ਤੇ ਉਹ ਬੜਾ ਇੱਕ ਇਨੋਸੈਂਟ ਜਿਹਾ ਕਰੈਕਟਰ ਪੇਸ਼ ਕੀਤਾ ਉਹਦੇ ਵਿੱਚ ਕਿ ਇੱਕ ਪਿੰਡ ਦਾ ਆਮ ਜਿਹਾ ਬੰਦਾ ਜਿਹੜਾ ਉੱਠ ਕੇ ਲੰਡਨ ਸਕਾਲਰਸ਼ਿਪ ਤੇ ਪੜਨ ਜਾਂਦਾ ਹੈ ਸਿਲੈਕਸ਼ਨ ਹੁੰਦੀ ਹੈ ਸਕਾਲਰਸ਼ਿਪ ਹਨਾ ਤੇ ਬਾਹਰ ਲਾਅ ਪੜਨ ਜਾਂਦਾ ਤੇ ਐਦਾਂ ਵੀ ਤੁਸੀਂ ਟ੍ਰੇਲਰ ਦੇ ਵਿੱਚ ਵੀ ਤੁਹਾਨੂੰ ਥੋੜੀ ਜਿਹੀ ਝਲਕੀ ਇੱਕ ਗਾਣਾ ਆਇਆ ਜਿਹੜਾ ਮਰਾਠੀ ਗੀਤ ਐਨਥਮ ਹਾਂਜੀ ਐਨਥਮ ਆਇਆ ਹੁਣ ਤਾਂ ਫਿਲਮ ਆ ਗਈ ਤੁਸੀਂ ਦੇਖੋਗੇ ਕਿ ਵੀ ਕਿਵੇਂ ਉਹ ਜੋ ਹਰਨਾਮ ਸਿੰਘ ਹੈ ਉਨੂੰ ਹਿਊਮਿਲੇਟ ਕੀਤਾ ਜਾਂਦਾ ਰਸਤੇ ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਕਿ ਵੀ ਇੱਕ ਸੀਨ ਹੈ ਡੌਗਸ ਐਂਡ ਇੰਡੀਅਨਸ ਆਰ ਨਾਟ ਅਲੌਡ ਤੇ ਉੱਥੇ ਮੈਂ ਬਾਹਰ ਦੇਖ ਕੇ ਰੈਸਟੋਰੈਂਟ ਦੇ ਵਿੱਚ ਮੈਂ ਦੇਖ ਰਿਹਾ ਹਾਂ ਉਹਨਾਂ ਤੇ ਮੈਨੂੰ ਤੱਕਾ ਮਾਰਦੇ ਕਿ ਵੀ ਯੂ ਆਰ ਨਾਟ ਇਨਵਾਈਟਿਡ ਹੇਅਰ ਹਨਾ ਤੇ ਫਿਰ ਸਵਰਕਰ ਦੀ ਐਂਟਰੀ ਹੁੰਦੀ ਹੈ ਤੇ ਸੋ ਉੱਥੋਂ ਦੀ ਹਰਨਾਮ ਸਿੰਘ ਤੇ ਸਵਰਕਰ ਉੱਥੇ ਮਿਲਦੇ ਆ ਤੇ ਫਿਰ ਉਹ ਇਕੱਠੇ ਬੈਠ ਕੇ ਅੱਗੇ ਦਾ ਪਲਾਨ ਕਰਦੇ ਕਿ ਵੀ ਜੀਵਨ ਦੀ ਬਾਰੇ ਪਲਾਨ ਕਰਦੇ ਸੋਚਦੇ ਆ ਕਿ ਵੀ ਤੁਸੀਂ ਪੜਨ ਆਇਓ ਰੈਵਿਊਲੂਸ਼ਨ ਦਾ ਹਿੱਸਾ ਬਣਨਾ ਰੈਵਿਊਲੂਸ਼ਨ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣਾ ਸੋ ਇਹ ਸਟੋਰੀ ਬਹੁਤ ਡਰਾਸਟਿਕ ਹੈ ਬਹੁਤ ਵਧੀਆ ਹੈ ਜੇ ਤੁਸੀਂ ਖੁਦ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਫਿਲਮ ਲੋਕਾਂ 'ਤੇ ਖੜੇ ਕਰਦੀ ਹੈ ਜੀ ਜੀ ਬਿਲਕੁਲ ਆਵਾਜ਼ਬ ਜੀ ਗੱਲ ਹੈ ਜਿਉਂ ਜਿ ਤੁਸੀਂ ਦੱਸ ਰਹੇ ਹੋ ਚੀਜ਼ਾਂ ਔਰ ਜੇ ਇਦਾਂ ਦਾ ਟ੍ਰੇਲਰ ਦੇ ਵਿੱਚ ਅਸੀਂ ਹੁਣ ਤੱਕ ਵੇਖ ਚੁੱਕੇ ਹਾਂ ਵਾਕਈ ਔਰ ਸੈਲੂਟ ਹੈ ਇਹੋ ਜੇ ਪ੍ਰੋਜੈਕਟਸ ਨੂੰ ਅੱਗੇ ਲੈ ਕੇ ਆਉਣੇ ਕਿਉਂਕਿ ਜਦੋਂ ਚੀਜ਼ਾਂ ਪ੍ਰੋਪਾਗੈਂਡਾ ਨਾਲ ਜੁੜ ਜਾਂਦੀਆਂ ਨੇ ਤੇ ਬੜੇ ਸਾਰੇ ਸਵਾਲ ਤੇ ਬੜੀਆਂ ਚੁਣੌਤੀਆਂ ਡਿਊਰਿੰਗ ਸ਼ੂਟ ਔਰ ਆਫਟਰ ਫਿਲਮ ਰਿਲੀਜ਼ ਵੀ ਆਉਂਦੀਆਂ ਨੇ ਸੋ ਬਟ ਹੈਟਸ ਆਫ ਟੂ 올 ਆਫ ਯੂ ਥੈਂਕ ਯੂ ਜੀ ਜੀ ਸੋ ਬਿਲਕੁਲ ਮੈਂ ਤਾਂ ਹੀ ਦੁਆ ਕਰਾਂਗੀ ਕੀ ਜਿਸ ਤਰੀਕੇ ਦੇ ਨਾਲ ਆਪਣੇ ਸਰੂਪ ਨੂੰ ਸਿੱਖੇ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਅਸੀਂ ਇਸੇ ਤਰੀਕੇ ਤੁਹਾਨੂੰ ਤਰੱਕੀ ਕਰਦੇ ਹਰ ਮਤਲਬ ਪੂਰੀ ਜ਼ਿੰਦਗੀ ਦੇਖੀਏ ਸੋ ਤਰੱਕੀਆਂ ਮਾਣੋ ਸੋਹਣੇ ਸੋਹਣੇ ਫਿਲਮਾਂ ਕਰੋ ਤਾਂ ਕਿ ਸਾਨੂੰ ਵੀ ਮਾਣ ਹੋਵੇ ਕਿ ਸਾਡੇ ਪੰਜਾਬੀ ਭਰਾ ਕਿਸ ਉੱਚਾਈ ਤੱਕ ਜਾ ਕੇ ਕੰਮ ਕਰਦੇ ਨੇ ਜਦੋਂ ਤੁਹਾਡੇ ਵਰਗੇ ਭੈਣ ਭਰਾ ਚੰਗਾ ਸੋਚਦੇ ਨੇ ਤੇ ਫਿਰ ਥੋੜੀ ਹੋਰ ਹਿੰਮਤ ਮਿਲਦੀ ਆ ਮੈਨੂੰ ਲੱਗਦਾ ਕਿ ਵੀ ਇਕੱਲਾ ਮੈਂ ਨਹੀਂ ਇਹ ਸ਼ਾਇਦ ਸਾਰੇ ਪੰਜਾਬੀਆਂ ਦਾ ਸੁਪਨਾ ਹੈ ਕਿ ਵੀ ਸਾਬਤ ਸੂਰਤ ਸਰਦਾਰ ਬੰਦਾ ਉਹ ਨੂੰ ਇੱਕ ਚੰਗੇ ਲੈਵਲ ਤੇ ਇੱਕ ਚੰਗੇ ਮੁਕਾਮ ਤੇ ਸਾਰੇ ਦੇਖਣਾ ਚਾਹੁੰਦੇ ਸਾਰਿਆਂ ਦੀ ਅੰਦਰ ਦੀ ਖੁਆਇਸ਼ ਹੈ ਜੀ ਤੇ ਉਹ ਸ਼ਾਇਦ ਜੇ ਸ਼ਾਇਦ ਨਹੀਂ ਬਖੂਬੀ ਉਹ ਬੈਸ ਮੈਂ ਉਹ ਕਰਨ ਨਿਕਲੇ ਹੋયા ਤੇ ਮੈਨੂੰ ਮੇਰਾ ਏਮ ਪਤਾ ਮੈਨੂੰ ਮੇਰਾ ਗੋਲ ਪਤਾ ਹੈ ਤੇ ਮੈਨੂੰ ਪਤਾ ਹੈ ਮਹਾਰਾਜ ਨੇ ਜ਼ਰੂਰ ਅੱਗੇ ਤੱਕ ਲੈ ਕੇ ਜਾਣਾ ਬਸ ਮਿਹਨਤ ਤੋਂ ਮੈਂ ਕਦੀ ਭੱਜੂਗਾ ਨਹੀਂ ਜਾਨ ਤੋਂ ਪਹਿਲਾਂ ਇੱਕ ਖਾਸ ਗੱਲ ਵੈਸੇ ਤੇ ਸਿੱਖੀ ਦੇ ਨਾਲ ਰਣਜੀਤ ਫੁੱਟਾ ਜੀ ਦਾ ਵੀ ਲगाव ਹਮੇਸ਼ਾ ਉਹਨਾਂ ਦੇ ਇਮੋਸ਼ਨਸ ਦੇਖੇ ਜਾਂਦੇ ਆ ਪ੍ਰੋਜੈਕਟਸ ਜਰੀ ਉਹਨਾਂ ਦੀ ਗੱਲਾਂ ਬਾਤਾਂ ਦੇ ਜ਼ਰੀਏ ਖਾਲਸਾ ਏਟਚੇ ਵੀ ਅੱਗੇ ਹੋ ਕੇ ਹਮੇਸ਼ਾ ਹੈ ਨਾ ਆਉਂਦੇ ਨੇ ਸੇਵਾਵਾਂ ਦਿੰਦੇ ਬਟ ਦਿਲਜੀਤ ਬਹੁਤ ਪ੍ਰੇਮ ਕਰਦੇ ਨੇ ਜੋ ਇੱਕ ਐਕਚੁਅਲੀ ਸਿੱਖੀ ਨੂੰ ਲੈ ਕੇ ਤੁਰੇ ਹੁੰਦੇ ਨੇ ਉਹਨਾਂ ਦੀ ਟੀਮ ਦੇ ਵਿੱਚ ਵੀ ਅਸੀਂ ਦੇਖਦੇ ਆ ਕੰਗ ਵੀਰੇ ਹੋਣੀ ਸਾਰੇ ਐਸੇ ਸਰੂਪਾਂ ਦੇ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਤਾਂ ਗੱਲਾਂ ਬਾਤਾਂ ਕੀਤੀਆਂ ਹੋਣ ਹਾਂ ਜੀ ਹਾਂ ਜੀ ਮੈਨੂੰ ਕੰਮ ਕਰਕੇ ਬਹੁਤ ਵਧੀਆ ਲੱਗਿਆ ਮੈਂ ਦੋ ਫਿਲਮਸ ਕੀਤੀਆਂ ਉਹਨਾਂ ਦੇ ਨਾਲ ਤੇ ਸਾਰੇ ਜਾਣਦੇ ਆ ਜੀ ਤੇ ਕੰਗ ਭਾਜੀ ਵੀ ਕੰਗ ਭਾਜੀ ਨਾਲ ਤੇ ਮੈਂ ਉਹਨਾਂ ਤੋਂ ਵੀ ਪਹਿਲਾਂ ਜੋਗੀ ਤੋਂ ਵੀ ਪਹਿਲਾਂ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਸੀ ਇੱਕ Song ਦੇ ਵਿੱਚ ਸੋ ਸਾਰੇ ਬਹੁਤ ਵਧੀਆ ਬੰਦੇ ਨੇ ਤੇ ਜੋਗੀ ਦੇ ਵਿੱਚ ਕੰਮ ਕਰਦੇ ਜਦੋਂ ਮੈਂ ਪਹਿਲੀ ਵਾਰ ਦਲਜੀਤ ਭਾਈ ਨਾਲ ਕੰਮ ਕੀਤਾ ਸੀ ਈਵਨ ਇੱਕ ਵੱਡੇ ਐਕਟਰ ਨੂੰ ਕੀ ਲੋੜ ਪਈ ਹੈ ਕਿ ਵੀ ਕਿਸੇ ਨੂੰ ਇਦਾਂ ਸਪੋਰਟ ਕਰਨ ਦੀ ਈਵਨ ਫਿਰ ਵੀ ਉਹ ਇਸ ਵੱਡੇ ਲੈਵਲ ਤੇ ਪਹੁੰਚ ਕੇ ਵੀ ਉਹ ਸਪੋਰਟਿੰਗ ਐਕਟਰਸ ਨੂੰ ਸਪੋਰਟ ਕਰਦੇ ਨੇ ਮੈਂ ਇੱਕ ਗੁਰਦੁਆਰੇ ਦੇ ਸੀਨ ਦੇ ਵਿੱਚ ਜਦੋਂ ਮੇਰਾ ਪਹਿਲਾ ਡਾਇਲੋਗ ਸੀਗਾ ਪਹਿਲਾ ਡਾਇਲੋਗ ਐਕਸਚੇਂਜ ਹੁੰਦਾ ਦਲਜੀਤ ਭਾਈ ਦੇ ਨਾਲ ਮੇਰਾ ਤੇ ਕਿਉਰਿਓਸਿਟੀ ਹੁੰਦੀ ਆ ਹਰ ਇੱਕ ਨੂੰ ਕਿਉਰਿਓਸਿਟੀ ਹੁੰਦੀ ਆ ਮੈਂ ਸੀਨ ਤੋਫਾਤ ਮੈਂ ਕੀ ਮੈਂ ਕਿਹਾ ਭਾਜੀ ਠੀਕ ਕੀਤਾ ਕਹਿੰਦੇ ਭਾਜੀ ਬਹੁਤ ਵਧੀਆ ਕੀਤਾ ਬਹੁਤ ਵਧੀਆ ਤੇ ਉਹ ਜੋ ਪੋਜ਼ਿਟਿਵ ਪੁਸ਼ ਮਿਲਦਾ ਨਾ ਉਹ ਤੁਹਾਡਾ ਹੌਸਲਾ ਹੀ ਹੋਰ ਕਰ ਦਿੰਦਾ ਜੇ ਮੰਨ ਲਓ ਉਸ ਦਿਨ ਦਿਲਜੀਤ ਭਾਜੀ ਮੈਨੂੰ ਸਹੀ ਤਰ੍ਹਾਂ ਜਵਾਬ ਹੀ ਨਾ ਦਿੰਦੇ ਤਾਂ ਮੇਰਾ ਤਾਂ ਟੁੱਟ ਗਿਆ ਸੀ ਹੌਸਲਾ ਕਿਉਂਕਿ ਮੈਂ ਤਾਂ ਨਿਕਲਿਆ ਹੋਇਆ ਸੀ ਤੇ ਜਦੋਂ ਸਾਹਮਣੇ ਉਹਦੀ ਕੋਈ ਤੁਹਾਨੂੰ ਐਪਰੀਸ਼ੀਏਟ ਕਰਦਾ ਨਾ ਤੇ ਮੈਨੂੰ ਲੱਗਦਾ ਕਿ ਵੀ ਤੁਸੀਂ ਕੁਝ ਨਹੀਂ ਵੀ ਕਰ ਰਹੇ ਨਾ ਤੇ ਤੁਸੀਂ 100 ਦੀ ਸਪੀਡ ਤੇ ਦੌੜਨਾ ਸ਼ੁਰੂ ਕਰ ਦਿਓ ਦੌੜਨਾ ਸ਼ੁਰੂ ਕਰ ਦਿਓ ਵਾਹ ਕੀ ਬਾਤ ਔਰ ਮੈਨੂੰ ਲੱਗਦਾ ਜਿਵੇਂ ਪੰਜਾਬੀ ਤਾਂ ਹੌਸਲਾ ਬਜ਼ਾਈ ਦੇ ਵਿੱਚ ਮੰਨੇ ਜਾਂਦੇ ਆ ਸੋ ਕਰਦੇ ਰਹਿਣਾ ਚਾਹੀਦਾ ਹੈ ਕਈ ਵਾਰ ਕਿਸੇ ਦਾ ਕਿਸੇ ਦਾ ਹੌਸਲਾ ਬੰਦੇ ਬੰਦੇ ਆ ਪਰਮਾਤਮਾ ਖੁਦ ਨੂੰ ਇੰਨਾ ਹੌਸਲਾ ਦੇ ਦਿੰਦਾ ਕਿ ਤੁਸੀਂ ਕਿਤੇ ਤੇ ਕਿਤੇ ਪਹੁੰਚ ਜਾਂਦੇ ਹੋ ਬਟ 올 द वेरी बेस्ट फॉर ਵੀਟਸ ਵਰਕਰ ਐਂਡ ਚਮਕੀਲਾ ਉਹ ਵੀ ਜਲਦੀ ਆਉਣ ਵਾਲੀ ਹੈ ਸੋ ਇਸੇ ਤਰ੍ਹਾਂ ਬਾਈ ਛਾਏ ਰਹੋ ਐਸੇ ਤਰ੍ਹਾਂ ਮੁਲਾਕਾਤ ਦੁਬਾਰਾ ਹੋਵੇ ਵਧੀਆ ਫਿਲਮ ਦੇ ਪ੍ਰੋਜੈਕਟ ਦੇ ਨਾਲ ਪਰ ਉਦੋਂ ਤੱਕ ਦੇ ਲਈ ਬਸ ਜ਼ਿੰਦਗੀ ਜ਼ਿੰਦਾਬਾਦ ਚੱਕ ਕੇ ਰੱਖੋ ਕੰਫਰਟ ਚੱਕ ਦਿਓ ਸੋ ਥੈਂਕ ਯੂ ਸੋ ਮਚ ਸਸ਼ਿਕਾ ਜੀ ਥੈਂਕ ਯੂ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਮੈਨੂੰ ਲੱਗਦਾ ਹੈ ਅੱਛੀ ਕਲਾ ਤੇ ਅچھے ਕਲਾਕਾਰਾਂ ਦਾ ਸਾਥ ਬੰਨਣਾ ਸਾਡੀ ਜ਼ਿੰਮੇਵਾਰੀ ਹੈ ਤਾਂ ਹੀ ਅੱਛਾ ਸਿਨੇਮਾ ਤੇ ਸਿਨੇਮਾ ਦੇ ਜ਼ਰੀਏ ਕਲਾਕਾਰ ਅੱਗੇ ਆ ਸਕਣਗੇ ਸੋ ਬਸ ਕੀਪ سپورਟਿੰਗ ਐਂਡ ਮੈਂ ਤਾਂ ਹੀ ਕਹੂੰਗੀ ਸਟੇ ਪੋਜ਼ਿਟਿਵ ਕੀਪ ਸਮਾਈਲਿੰਗ ਫਿਲਹਾਲ ਦੇ ਲਈ ਦਿਉ ਇਜਾਜ਼ਤ ਸਸ਼ਿਕਾ